ਨਾਭਾ ਬੱਸ ਸਟੈਂਡ 'ਤੇ ਅਸੀਂ ਇੱਕ ਨਵੇਕਲੀ ਕਿਸਮ ਦੀ ਪਹਿਲ ਜਿਹੜੀ ਆ ਜੀ ਕੀਤੀ ਆ। ਇਸ ਤੋਂ ਪਹਿਲਾਂ ਅਸੀਂ ਪਟਿਆਲਾ ਗੇਟ ਨਾਭਾ ਵੀ ਇਹ ਪਹਿਲ ਕੀਤੀ ਸੀ। ਔਰ ਮੈਂ ਰੋਟਰੀ ਕਲੱਬ ਗ੍ਰੇਟਰ ਨਾਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ, ਲਲਿਤ ਜੀ ਸਮੁੱਚੀ ਟੀਮ ਦਾ, ਪ੍ਰੈਜੀਡੈਂਟ ਸਾਹਿਬ, ਮੈਂਬਰ ਸਾਹਿਬਾਨ ਦਾ, ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਦਾ ਆਰੰਭ ਕੀਤਾ ਜੀ। ਇਹ ਬੇਬੀ ਫੀਡਿੰਗ ਪੁਆਇੰਟ ਹੈ ਜੀ, ਯਾਨੀ ਕਿ ਮਾਂ ਆਪਣੇ ਬੱਚੇ ਨੂੰ ਦੁੱਧ ਅਗਰ ਪਿਆਉਣਾ ਚਾਹੁੰਦੀ ਹੈ, ਬੱਸ ਸਟੈਂਡ 'ਤੇ ਹੈ ਉਹ ਬੈਠੀ ਹੈ, ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਕਿਵੇਂ ਮਹਿਸੂਸ ਹੁੰਦਾ ਹੋਊਗਾ ਜੀ, ਕਿਉਂਕਿ ਪਬਲਿਕ ਪੁਆਇੰਟ ਹੈ ਜੀ, ਲੋਕ ਬਹੁਤ ਹੁੰਦੇ ਨੇ, ਤਾਂ ਇਸ ਕਰਕੇ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਇਹ ਅਸੀਂ ਪੁਆਇੰਟ ਇਸ ਕਰਕੇ ਬਣਾਇਆ ਕਿ ਜਦੋਂ ਵੀ ਮਾਂ ਆਪਣੇ ਬੱਚੇ ਨੂੰ ਲੈ ਕੇ ਬੱਸ ਸਟੈਂਡ 'ਤੇ ਆਉਂਦੀ ਹੈ ਤਾਂ ਆਪਣੇ ਬੱਚੇ ਨੂੰ ਆਰਾਮ ਨਾਲ ਅੰਦਰ ਬਹਿ ਕੇ ਦੁੱਧ ਪਿਆ ਸਕਦੀ ਹੈ, ਜਿਹਦੇ ਨਾਲ ਸੇਫਟੀ ਪੁਆਇੰਟ ਵੀ ਹੈ ਜੀ। ਔਰ ਬੱਚਾ ਅਗਰ ਭੁੱਖਾ, ਬੱਚਾ ਅਗਰ ਰੋ ਰਿਹਾ ਤਾਂ ਉਹ ਬੱਚਾ ਜਿਹੜਾ ਜੀ ਉਹ ਚੁੱਪ ਕਰ ਜੂ, ਕਿਉਂਕਿ ਉਹਨੂੰ ਮਾਂ ਦੁੱਧ ਦੀ ਲੋੜ ਹੈ। ਕਿਉਂਕਿ ਇਹ ਇੱਕ ਨਵੇਕਲੀ ਕਿਸਮ ਦੀ ਇਹ ਪਹਿਲ ਹੈ ਜਿਹੜੀ ਅਸੀਂ ਪੂਰੇ ਨਾਭਾ ਦੇ ਜਿਹੜੇ ਬਾਕੀ ਵੀ ਬੱਸ ਸਟੈਂਡ ਨੇ ਉੱਥੇ ਵੀ ਕਰਾਂਗੇ। ਔਰ ਇਹਦੇ ਵਿੱਚ ਰੋਟਰੀ ਕਲੱਬ ਨਾਭਾ ਗ੍ਰੇਟਰ ਦੀ ਇਹ ਬਹੁਤ ਸੁਚੱਜਾ ਕੰਮ ਹੈ ਜੀ, ਬਹੁਤ ਤਾਰੀਫ ਮੈਂ ਕਰਦਾ ਕਿ ਸਾਰੀ ਟੀਮ ਜਿਹੜੀ ਹੈ ਮਿਲ ਕੇ ਕੰਮ ਕਰ ਰਹੀ ਹੈ। ਨਾਭਾ ਦੇ ਵਿੱਚ ਅਲੱਗ ਅਲੱਗ ਪੁਆਇੰਟਾਂ 'ਤੇ ਜਿੱਥੇ ਵੀ ਅਸੀਂ ਇਹਨਾਂ ਦੀ ਡਿਊਟੀ ਲਾਈ, ਇਹਨਾਂ ਨੇ ਬਹੁਤ ਹੀ ਤਨਦੇਹੀ ਨਾਲ ਸਾਰੀਆਂ ਡਿਊਟੀਆਂ ਨਿਭਾਈਆਂ ਨੇ। ਇਹ ਡਿਊਟੀ ਵੀ ਬਹੁਤ ਅੱਛੇ ਤਰੀਕੇ ਨਾਲ ਨਿਭਾਈ ਹੈ। ਮੈਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਮਾਈਂਡ ਦੇ ਵਿੱਚ ਕਿਵੇਂ ਆਇਆ ਜੀ ਇਸ ਤਰ੍ਹਾਂ ਪਹਿਲਾਂ? ਬੇਸਿਕਲੀ ਲਲਿਤ ਜੀ ਇੱਕ ਦਿਨ ਮੇਰੇ ਕੋਲ ਬੈਠੇ ਸੀ, ਅਸੀਂ ਆਪ ਡਿਸਕਸ ਕਰਨ ਲੱਗ ਗਏ ਤਾਂ ਗੱਲ ਚੱਲੀ ਬੱਸ ਸਟੈਂਡ ਦੀ ਕਿ ਬੱਸ ਸਟੈਂਡ ਬਹੁਤ ਅੱਛੇ ਬਣ ਰਹੇ ਨੇ ਨਾਭੇ ਦੇ ਔਰ ਸਾਰੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ। ਤਾਂ ਇਹਨਾਂ ਨੇ ਗੱਲ ਕੀਤੀ ਵੀ ਇੱਕ ਮੇਰੇ ਮਨ 'ਚ ਆਈਡੀਆ ਹੈਗਾ ਕਿ ਅਗਰ ਬੇਬੀ ਫੀਡਿੰਗ ਪੁਆਇੰਟ ਬਣਾਇਆ ਜਾਵੇ। ਮੈਂ ਕਿਹਾ ਜੀ ਬਿਲਕੁਲ, ਇਹ ਤਾਂ ਬਹੁਤ ਅੱਛੀ ਗੱਲ ਹੈ ਜੀ। ਸੋ ਇਹਨਾਂ ਨੇ ਆਈਡੀਆ ਮੈਨੂੰ ਦੱਸਿਆ, ਫਿਰ ਅਸੀਂ ਡਿਸਕਸ ਕਰਕੇ ਕਿ ਕਿਵੇਂ ਹੋਣਾ ਚਾਹੀਦਾ, ਕਿੱਥੇ ਬਣਾਉਣਾ ਚਾਹੀਦਾ, ਕਿਹੜਾ ਪੁਆਇੰਟ ਰੱਖੀਏ, ਉਹ ਡਿਸਕਸ ਕਰਕੇ ਅਸੀਂ ਸਾਰਾ ਫਾਈਨਲ ਕੀਤਾ। ਪਹਿਲਾਂ ਅਸੀਂ ਬੇਬੀ ਫੀਡਿੰਗ ਪੁਆਇੰਟ ਜਿਹੜਾ ਜੀ ਉਹ ਪਟਿਆਲਾ ਗੇਟ ਨਾਭਾ ਬਣਾਇਆ, ਦੂਜਾ ਬੇਬੀ ਫੀਡਿੰਗ ਪੁਆਇੰਟ ਜਿਹੜਾ ਅਸੀਂ ਨਾਭੇ ਦਾ ਮੇਨ ਬੱਸ ਸਟੈਂਡ ਜਿਹੜਾ ਜੀ ਉੱਥੇ ਬਣਾਇਆ। ਔਰ ਇਹਦੇ ਵਿੱਚ ਅਸੀਂ ਤਬਦੀਲੀ ਕੀਤੀ ਹੈ ਜਿਹੜੀ ਹੁਣ ਇਹਦੀ ਆਹ ਸ਼ੀਟ ਹੈ ਜੀ, ਇਹ ਜਿਹੜੀ ਹੈ ਜੀ ਹੁਣ ਬਹੁਤ ਅੱਛੀ ਲੱਗ ਗਈ ਹੈ ਔਰ ਇਹਦਾ ਕੰਮ ਜਿਹੜਾ ਪ੍ਰੋਪਰ ਅੱਛੇ ਤਰੀਕੇ ਨਾਲ ਕੀਤਾ, ਇਹ ਕਈ ਸਾਲ ਜਿਹੜਾ ਜੀ ਇਹ ਖਰਾਬ ਨਹੀਂ ਹੋਊਗਾ। ਔਰ ਭੈਣਾਂ ਵਾਸਤੇ, ਉਹ ਮਾਤਾਵਾਂ ਵਾਸਤੇ ਇਹ ਬਹੁਤ ਇੱਕ ਕਾਰਗਰ ਸਾਬਤ ਹੋਊਗਾ, ਔਰ ਜਿਹਨਾਂ ਨੂੰ ਮਾਂ ਲੈ ਕੇ ਗੋਦੀ 'ਚ ਸਫ਼ਰ ਕਰਦੀ ਹੈ ਉਹਨਾਂ ਵਾਸਤੇ ਵੀ ਬਹੁਤ ਅੱਛਾ ਕਾਰਗਰ ਸਾਬਤ ਹੋਊਗਾ ਜੀ। ਸੋ ਇੱਕ ਨਿਮਾਣੀ ਜੀ ਕੋਸ਼ਿਸ਼ ਆ, ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਪਸੰਦ ਕਰਨਗੇ ਜੀ। ਨਾਭਾ ਬੱਸ ਸਟੈਂਡ 'ਤੇ ਅਸੀਂ ਇੱਕ ਨਵੇਕਲੀ ਕਿਸਮ ਦੀ ਪਹਿਲ ਜਿਹੜੀ ਹੈ ਜੀ ਕੀਤੀ ਆ। ਇਸ ਤੋਂ ਪਹਿਲਾਂ ਅਸੀਂ ਪਟਿਆਲਾ ਗੇਟ ਨਾਭਾ ਵੀ ਇਹ ਪਹਿਲ ਕੀਤੀ ਸੀ ਔਰ ਮੈਂ ਰੋਟਰੀ ਕਲੱਬ ਗ੍ਰੇਟਰ ਨਾਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ, ਲਲਿਤ ਜੀ ਸਮੁੱਚੀ ਟੀਮ ਦਾ, ਪ੍ਰੈਜੀਡੈਂਟ ਸਾਹਿਬ, ਮੈਂਬਰ ਸਾਹਿਬਾਨ ਦਾ, ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਦਾ ਆਰੰਭ ਕੀਤਾ ਜੀ। ਇਹ ਬੇਬੀ ਫੀਡਿੰਗ ਪੁਆਇੰਟ ਹੈ ਜੀ, ਯਾਨੀ ਕਿ ਮਾਂ ਆਪਣੇ ਬੱਚੇ ਨੂੰ ਦੁੱਧ ਅਗਰ ਪਿਆਉਣਾ ਚਾਹੁੰਦੀ ਹੈ, ਬੱਸ ਸਟੈਂਡ 'ਤੇ ਹੈ ਉਹ ਬੈਠੀ ਹੈ, ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਕਿਵੇਂ ਮਹਿਸੂਸ ਹੁੰਦਾ ਹੋਊਗਾ ਜੀ, ਕਿਉਂਕਿ ਪਬਲਿਕ ਪੁਆਇੰਟ ਹੈ ਜੀ, ਲੋਕ ਬਹੁਤ ਹੁੰਦੇ ਨੇ, ਤਾਂ ਇਸ ਕਰਕੇ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਇਹ ਅਸੀਂ ਪੁਆਇੰਟ ਇਸ ਕਰਕੇ ਬਣਾਇਆ ਕਿ ਜਦੋਂ ਵੀ ਮਾਂ ਆਪਣੇ ਬੱਚੇ ਨੂੰ ਲੈ ਕੇ ਬੱਸ ਸਟੈਂਡ 'ਤੇ ਆਉਂਦੀ ਹੈ ਤਾਂ ਆਪਣੇ ਬੱਚੇ ਨੂੰ ਆਰਾਮ ਨਾਲ ਅੰਦਰ ਬਹਿ ਕੇ ਦੁੱਧ ਪਿਆ ਸਕਦੀ ਹੈ, ਜਿਹਦੇ ਨਾਲ ਸੇਫਟੀ ਪੁਆਇੰਟ ਵੀ ਹੈ ਜੀ। ਔਰ ਬੱਚਾ ਅਗਰ ਭੁੱਖਾ, ਬੱਚਾ ਅਗਰ ਰੋ ਰਿਹਾ ਤਾਂ ਉਹ ਬੱਚਾ ਜਿਹੜਾ ਜੀ ਉਹ ਚੁੱਪ ਕਰ ਜੂ, ਕਿਉਂਕਿ ਉਹਨੂੰ ਮਾਂ ਦੁੱਧ ਦੀ ਲੋੜ ਹੈ। ਕਿਉਂਕਿ ਇਹ ਇੱਕ ਨਵੇਕਲੀ ਕਿਸਮ ਦੀ ਇਹ ਪਹਿਲ ਹੈ ਜਿਹੜੀ ਅਸੀਂ ਪੂਰੇ ਨਾਭਾ ਦੇ ਜਿਹੜੇ ਬਾਕੀ ਵੀ ਬੱਸ ਸਟੈਂਡ ਨੇ ਉੱਥੇ ਵੀ ਕਰਾਂਗੇ। ਔਰ ਇਹਦੇ ਵਿੱਚ ਰੋਟਰੀ ਕਲੱਬ ਨਾਭਾ ਗ੍ਰੇਟਰ ਦੀ ਇਹ ਬਹੁਤ ਸੁਚੱਜਾ ਕੰਮ ਹੈ ਜੀ, ਬਹੁਤ ਤਾਰੀਫ ਮੈਂ ਕਰਦਾ ਕਿ ਸਾਰੀ ਟੀਮ ਜਿਹੜੀ ਹੈ ਮਿਲ ਕੇ ਕੰਮ ਕਰ ਰਹੀ ਹੈ। ਨਾਭਾ ਦੇ ਵਿੱਚ ਅਲੱਗ ਅਲੱਗ ਪੁਆਇੰਟਾਂ 'ਤੇ ਜਿੱਥੇ ਵੀ ਅਸੀਂ ਇਹਨਾਂ ਦੀ ਡਿਊਟੀ ਲਾਈ, ਇਹਨਾਂ ਨੇ ਬਹੁਤ ਹੀ ਤਨਦੇਹੀ ਨਾਲ ਸਾਰੀਆਂ ਡਿਊਟੀਆਂ ਨਿਭਾਈਆਂ ਨੇ। ਇਹ ਡਿਊਟੀ ਵੀ ਬਹੁਤ ਅੱਛੇ ਤਰੀਕੇ ਨਾਲ ਨਿਭਾਈ ਹੈ। ਮੈਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਮਾਈਂਡ ਦੇ ਵਿੱਚ ਕਿਵੇਂ ਆਇਆ ਜੀ ਇਸ ਤਰ੍ਹਾਂ ਪਹਿਲਾਂ?
ਬੇਸਿਕਲੀ ਲਲਿਤ ਜੀ ਇੱਕ ਦਿਨ ਮੇਰੇ ਕੋਲ ਬੈਠੇ ਸੀ, ਅਸੀਂ ਆਪ ਡਿਸਕਸ ਕਰਨ ਲੱਗ ਗਏ ਤਾਂ ਗੱਲ ਚੱਲੀ ਬੱਸ ਸਟੈਂਡ ਦੀ ਕਿ ਬੱਸ ਸਟੈਂਡ ਬਹੁਤ ਅੱਛੇ ਬਣ ਰਹੇ ਨੇ ਨਾਭੇ ਦੇ ਔਰ ਸਾਰੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ। ਤਾਂ ਇਹਨਾਂ ਨੇ ਗੱਲ ਕੀਤੀ ਵੀ ਇੱਕ ਮੇਰੇ ਮਨ 'ਚ ਆਈਡੀਆ ਹੈਗਾ ਕਿ ਅਗਰ ਬੇਬੀ ਫੀਡਿੰਗ ਪੁਆਇੰਟ ਬਣਾਇਆ ਜਾਵੇ। ਮੈਂ ਕਿਹਾ ਜੀ ਬਿਲਕੁਲ, ਇਹ ਤਾਂ ਬਹੁਤ ਅੱਛੀ ਗੱਲ ਹੈ ਜੀ। ਸੋ ਇਹਨਾਂ ਨੇ ਆਈਡੀਆ ਮੈਨੂੰ ਦੱਸਿਆ, ਫਿਰ ਅਸੀਂ ਡਿਸਕਸ ਕਰਕੇ ਕਿ ਕਿਵੇਂ ਹੋਣਾ ਚਾਹੀਦਾ, ਕਿੱਥੇ ਬਣਾਉਣਾ ਚਾਹੀਦਾ, ਕਿਹੜਾ ਪੁਆਇੰਟ ਰੱਖੀਏ, ਉਹ ਡਿਸਕਸ ਕਰਕੇ ਅਸੀਂ ਸਾਰਾ ਫਾਈਨਲ ਕੀਤਾ। ਪਹਿਲਾਂ ਅਸੀਂ ਬੇਬੀ ਫੀਡਿੰਗ ਪੁਆਇੰਟ ਜਿਹੜਾ ਜੀ ਉਹ ਪਟਿਆਲਾ ਗੇਟ ਨਾਭਾ ਬਣਾਇਆ, ਦੂਜਾ ਬੇਬੀ ਫੀਡਿੰਗ ਪੁਆਇੰਟ ਜਿਹੜਾ ਅਸੀਂ ਨਾਭੇ ਦਾ ਮੇਨ ਬੱਸ ਸਟੈਂਡ ਜਿਹੜਾ ਜੀ ਉੱਥੇ ਬਣਾਇਆ। ਔਰ ਇਹਦੇ ਵਿੱਚ ਅਸੀਂ ਤਬਦੀਲੀ ਕੀਤੀ ਹੈ, ਜਿਹੜੀ ਹੁਣ ਇਹਦੀ ਆਹ ਸ਼ੀਟ ਹੈ ਜੀ, ਇਹ ਜਿਹੜੀ ਹੈ ਜੀ ਹੁਣ ਬਹੁਤ ਅੱਛੀ ਲੱਗ ਗਈ ਹੈ ਔਰ ਇਹਦਾ ਕੰਮ ਜਿਹੜਾ ਪ੍ਰੋਪਰ ਅੱਛੇ ਤਰੀਕੇ ਨਾਲ ਕੀਤਾ, ਇਹ ਕਈ ਸਾਲ ਜਿਹੜਾ ਜੀ ਇਹ ਖਰਾਬ ਨਹੀਂ ਹੋਊਗਾ। ਔਰ ਭੈਣਾਂ ਵਾਸਤੇ, ਉਹ ਮਾਤਾਵਾਂ ਵਾਸਤੇ ਇਹ ਬਹੁਤ ਇੱਕ ਕਾਰਗਰ ਸਾਬਤ ਹੋਊਗਾ, ਔਰ ਜਿਹਨਾਂ ਨੂੰ ਮਾਂ ਲੈ ਕੇ ਗੋਦੀ 'ਚ ਸਫ਼ਰ ਕਰਦੀ ਹੈ ਉਹਨਾਂ ਵਾਸਤੇ ਵੀ ਬਹੁਤ ਅੱਛਾ ਕਾਰਗਰ ਸਾਬਤ ਹੋਊਗਾ ਜੀ। ਸੋ ਇੱਕ ਨਿਮਾਣੀ ਜੀ ਕੋਸ਼ਿਸ਼ ਆ, ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਪਸੰਦ ਕਰਨਗੇ ਜੀ।